ਹਾਂਜੀ ਜੀਵੇ ਕਬੱਡੀ ਦੇਖਦੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜਿਸ ਨੇ ਹਾਲੇ ਤੱਕ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਸੀਂ ਹਰ ਰੋਜ਼ ਤੁਹਾਡੇ ਤੱਕ ਨਵੀਆਂ ਕਬੱਡੀ ਬਾਰੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਅੱਜ ਦੀ ਵੀਡੀਓ ਅਸੀਂ ਲੈ ਕੇ ਆਏ ਹਾਂ ਬਾਈ ਜੀ ਫਤਿਹਾਬਾਦ, ਯਾਨੀ ਕਿ ਇਹ ਤਰਨ ਤਾਰਨ ਸਾਹਿਬ ਦੀ ਧਰਤੀ 'ਤੇ ਖੇਲੇ ਗਏ ਟੂਰਨਾਮੈਂਟ ਦਾ ਰਿਜ਼ਲਟ ਹੈ, ਜਿੱਥੇ ਫਸਟ ਟੀਮ ਰਹੀ ਹੈ ਜੀ ਸ਼ਾਹਕੋਟ ਲਾਇਨਜ਼, ਜਿੱਥੇ 37.5 ਪੁਆਇੰਟ ਸਨ। ਅਤੇ ਸੈਕਿੰਡ ਟੀਮ ਰਹੀ ਹੈ ਜੀ ਚੋਹਲਾ ਸਾਹਿਬ, ਜਿਹਦੇ 35.5 ਪੁਆਇੰਟ ਸਨ। ਅਤੇ ਲਾਸਟ ਰੇਡ 'ਤੇ ਮੈਚ ਸੀਗਾ, ਸੁਲਤਾਨ ਸਮਸਪੁਰ ਨੇ ਲਾਸਟ ਰੇਡ ਪਾ ਕੇ ਬਹੁਤ ਟਫ ਰੇਡ ਸੀ ਉਹ ਮੈਚ ਜਿਤਾਇਆ। ਅਤੇ ਅਗਰ ਤੁਸੀਂ ਚਾਹੁੰਦੇ ਹੋ ਤਾਂ ਉਹ ਰੇਡ ਜ਼ਰੂਰ ਦੇਖਿਓ, ਅਗਰ ਤੁਸੀਂ ਚਾਹੁੰਦੇ ਤਾਂ ਅਸੀਂ ਉਹ ਵੀਡੀਓ ਵੀ ਤੁਹਾਡੇ ਤੱਕ ਲੈ ਕੇ ਆ ਜਾਵਾਂਗੇ। ਅਤੇ ਪਹਿਲਾ ਇਨਾਮ ਜੀ 1.5 ਲੱਖ ਰੁਪਇਆ ਸੀਗਾ, ਅਤੇ ਸੈਕਿੰਡ ਪ੍ਰਾਈਜ਼ ਸੀਗਾ ਜੀ 75,000। ਅਤੇ ਬੈਸਟ ਰੇਡਰ ਦੇ ਜਾਫੀ ਦੀ ਗੱਲ ਕਰੀਏ, ਜੁਆਇੰਟ ਰੇਡ ਬੈਸਟ ਰਹੇ ਨੇ ਜੀ ਸੁਲਤਾਨ ਸਮਸਪੁਰ ਅਤੇ ਦੀਪ ਦਬੁਰਜੀ। ਅਤੇ ਬੈਸਟ ਜਾਫੀ ਰਿਹਾ ਜੀ ਅਰਸ਼ ਚੋਹਲਾ ਦੇ ਬਿੱਲਾ ਢੋਡੇ ਵਾਲਾ। ਅਤੇ ਬੈਸਟ ਨੂੰ ਜੀ 21,000 ਰੁਪਇਆ ਕੈਸ਼ ਸੀਗਾ। ਸ਼ਾਹਕੋਟ ਦੇ ਵਿੱਚ ਪਲੇਅਰ ਖੇਡਦੇ ਸੀ ਦੀਪ ਦਬਰੂਜੀ, ਸੁਲਤਾਨ ਸਮਸਪੁਰ, ਸੰਦੀਪ ਲੋਦੜ, ਸੁੱਖਾ ਬਾਜਵਾ, ਦੀਸਾ ਚੱਕਾ, ਬਿੱਲਾ ਢੋਡੇ, ਸੀਰਾ ਧੂਰਕੁੱਟ, ਚਿੱਤਪਾਲ ਚਿੱਟੀ, ਗੱਗੀ ਮੱਲਾ, ਅੰਮ੍ਰਿਤ ਸੰਨਾ ਅਤੇ ਬਬਲੂ ਸਾਂਦਰਾ ਵਾਲਾ। ਜਦਕਿ ਚੋਹਲਾ ਸਾਹਿਬ ਦੇ ਵਿੱਚ ਪਲੇਅਰ ਖੇਡਦੇ ਸੀ ਅਰਸ਼ ਚੋਹਲਾ, ਹਰਮਨ ਜਲਾਲਪੁਰ, ਰੇਸ਼ਮ ਚੰਬਾ, ਗੁਰਲਾਲ ਸੋਹਲ, ਭੀਮ ਦੁਬਲੀ, ਨਿਰਮਲ ਲੋਪਕ, ਸੋਢੀ ਰਤਨਗੜ੍ਹ, ਜੱਗਾ ਅਲਗੋ ਕੋਠੀ, ਫੌਜੀ ਗੋਪੀ, ਤੇਜਾ ਸਿੰਘ ਵਾਲਾ, ਤਾਬਾ ਮੁਹੱਬਾ। ਦੋਸਤ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤਾਂ ਕਮੈਂਟ ਸੈਕਸ਼ਨ ਵਿੱਚ ਸਾਨੂੰ ਜ਼ਰੂਰ ਦੱਸਿਓ।